ਕਹਿੰਦੇ ਪਰਮਾਤਮਾ ਜਿਹਨਾਂ 'ਤੇ ਕਿਰਪਾ ਕਰਦਾ ਉਹਨੂੰ ਆਪ ਹੀ ਸੰਗਤ ਬਖਸ਼ਿਸ਼ ਕਰਦਾ, ਅਤੇ ਜਿਹਨਾਂ 'ਤੇ ਕਿਰਪਾ ਦ੍ਰਿਸ਼ਟੀ ਘੱਟ ਹੁੰਦੀ ਹੈ ਕਹਿੰਦੇ ਵੀ ਉਹਨਾਂ ਨੂੰ ਸੰਗਤ 'ਚੋਂ ਬਿਠਾ ਕੇ ਲੈ ਜਾਂਦਾ। ਕਹਿੰਦੇ ਪਰਮਾਤਮਾ ਦੀ ਮਿਹਰ ਹੁੰਦੀ ਜਿਹਦੇ 'ਤੇ ਉਹੀ ਸੰਗਤ 'ਚ ਘਰ ਆਉਂਦਾ ਹੈ। ਅਤੇ ਆਪਣੇ ਸਭ ਦੇ ਬਹੁਤ ਵੱਡੇ ਭਾਗ ਨੇ। ਆਪਾਂ ਗੁਰਬਾਣੀ ਗੁਰਦੁਆਰਾ ਜੀਵਨ ਜਾਂਚ ਸਿੱਖਣ ਦੇ ਲਈ ਸੰਗਤ 'ਚ ਆਏ ਹਾਂ ਤਾਂ ਕਿ ਅਸੀਂ ਵੀ ਇਸ ਮਨੁੱਖਾਦੇਹੀ ਦਾ ਲਾਹਾ ਲੈ ਸਕੀਏ ਅਤੇ ਅਕਾਲ ਪੁਰਖ ਪਰਮਾਤਮਾ ਜਿਹਨਾਂ ਨਾਲੋਂ ਸਾਡੀ ਮਨ ਜਿਹਨਾਂ ਨਾਲੋਂ ਸਾਡਾ ਮਨ ਜਿਹੜਾ ਆ ਉਹ ਵਿਛੜਿਆ ਆ ਉਹ ਇਸ ਮਨੁੱਖਾਦੇਹੀ ਵਿੱਚ ਸੇਵਾ ਸਿਮਰਨ ਕਰਕੇ ਉਸ ਅਕਾਲ ਪੁਰਖ ਦੇ ਸ਼ੁਭ ਗੁਣਾਂ ਨੂੰ ਕਮਾ ਕੇ ਉਹਨਾਂ ਨੂੰ ਮਿਲ ਸਕੇ ਤਾਂ ਕਿ ਸਾਡਾ ਆਉਣ ਜਾਣ ਦਾ ਚੱਕਰ ਖਤਮ ਹੋ ਜਾਵੇ। ਸੋ ਆਪਾਂ ਸਾਰਿਆਂ ਨੇ ਬਹੁਤ ਪਿਆਰ ਸਤਿਕਾਰ ਨਾਲ ਸਿਮਰਨ ਕਰਨਾ, ਬਹੁਤ ਆਰਾਮ ਨਾਲ ਆਪਾਂ ਅੱਖਾਂ ਬੰਦ ਕਰਨੀਆਂ, ਅੱਖਾਂ ਬੰਦ ਰੱਖਦੇ ਹੋਏ ਰਸਨਾ ਨਾਲ ਬੋਲਣਾ, ਕੰਨਾਂ ਨਾਲ ਸੁਣਨਾ, ਪੂਰਾ ਧਿਆਨ ਆਪਾਂ ਆਪਣੀ ਆਵਾਜ਼ 'ਚ ਰੱਖਣਾ। ਨਾਲ ਨਾਲ ਆਪਾਂ ਜਿਹੜਾ ਅੱਖਾਂ ਦੇ ਸਾਹਮਣੇ ਆਪਾਂ ਨੂੰ ਹਨੇਰਾ ਦਿਖਾਈ ਦਿੰਦਾ ਉਹ ਦੇਖਣਾ ਆਪਾਂ ਨੇ, ਅਤੇ ਜੇ ਉੱਧਰ ਨਹੀਂ ਧਿਆਨ ਜਾਂਦਾ ਤਾਂ ਆਪਾਂ ਆਵਾਜ਼ 'ਚ ਧਿਆਨ ਰੱਖਣਾ ਪੂਰਾ। ਆਓ ਜੀ ਬਹੁਤ ਪਿਆਰ ਸਤਿਕਾਰ ਨਾਲ ਸਵਾਸ ਗ੍ਰਹਿ ਸਿਮਰਨ ਕਰੀਏ ਜੀ ਸ਼ੁਰੂ। Guru.